ਸਤਿ ਸ਼੍ਰੀ ਅਕਾਲ ਦੋਸਤੋ, ਕਿੰਗ ਐਂਟਰਟੇਨਮੈਂਟ 'ਚ ਤੁਹਾਡਾ ਸਵਾਗਤ ਹੈ। ਮੈਂ ਉਪਿੰਦਰ ਸਿੰਘ, ਤੁਹਾਡਾ ਦੋਸਤ ਅਤੇ ਹੋਸਟ, ਅੱਜ ਲੈ ਕੇ ਆਇਆ ਵਾਂ ਕੁਛ ਪੋਲੀਟੀਕਲ ਨਿਊਜ਼। ਸੋ ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਜੀ ਨੂੰ ਇਹੀ ਕਹਿਣਾ ਚਾਹਾਂਗਾ, ਜਿਨ੍ਹਾਂ ਨੇ ਮੇਰਾ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਸ ਨੂੰ ਸਬਸਕ੍ਰਾਈਬ ਕਰ ਲਓ ਅਤੇ ਸਾਰੀ ਵੀਡੀਓ ਦੀ ਨੋਟੀਫਿਕੇਸ਼ਨ ਪਾਉਣ ਲਈ ਬੈੱਲ ਆਈਕਨ ਨੂੰ ਜ਼ਰੂਰ ਦੱਬਿਓ। ਸੋ ਦੋਸਤੋ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬੋਲੀਵੁੱਡ ਦੇ ਦੋ ਸਟਾਰ, ਜਾਂ ਇੰਝ ਕਹਿ ਲਈਏ ਪੰਜਾਬੀ ਇੰਡਸਟਰੀ ਦੇ ਦੋ ਸਟਾਰ, ਜਿਨ੍ਹਾਂ ਨੇ ਹੁਣੇ ਹੁਣੇ ਆਪਣੀ ਪੋਲੀਟੀਕਲ ਕਰੀਅਰ ਦੀ ਸ਼ੁਰੂਆਤ ਕੀਤੀ ਹੈ, ਇੱਕ ਹੈਗੇ ਸੰਨੀ ਦਿਓਲ, ਸੰਨੀ ਭਾਜੀ ਸਾਡੇ, ਅਤੇ ਇੱਕ ਹੰਸ ਰਾਜ ਹੰਸ ਜੀ। ਵੈਸੇ ਤਾਂ ਹੰਸ ਰਾਜ ਹੰਸ ਜੀ ਪਹਿਲੇ ਵੀ ਪੋਲੀਟੀਕਲ ਰਹੇ ਨੇ, ਪਰ ਉਹਨਾਂ ਨੇ ਹਾਲ ਹੀ ਵਿੱਚ ਇਹਨਾਂ ਦੋਵਾਂ ਨੇ ਬੀਜੇਪੀ ਨੂੰ ਜੁਆਇਨ ਕਰ ਲਿਆ ਹੈ। ਅਤੇ ਹੰਸ ਰਾਜ ਹੰਸ ਜੀ ਨੌਰਥ ਵੈਸਟ ਦਿੱਲੀ ਤੋਂ ਚੋਣ ਲੜਨ ਜਾ ਰਹੇ ਹਨ, ਅਤੇ ਵਿਨੋਦ ਖੰਨਾ ਜੀ ਦੀ ਡੈਥ ਤੋਂ ਬਾਅਦ ਜੋ ਗੁਰਦਾਸਪੁਰ ਦੀ ਸੀਟ ਖਾਲੀ ਹੋ ਗਈ ਸੀ, ਉਸ ਸੀਟ 'ਤੇ ਸੰਨੀ ਦਿਓਲ ਜੀ ਚੋਣ ਲੜਨ ਜਾ ਰਹੇ ਹਨ। ਹੁਣ ਦੇਖਦੇ ਹਾਂ ਕਿ ਪੰਜਾਬ ਦੀ ਜਨਤਾ ਅਤੇ ਦਿੱਲੀ ਦੀ ਜਨਤਾ ਇਹਨਾਂ ਬਾਰੇ ਕੀ ਸੋਚਦੀ ਹੈ ਅਤੇ ਇਹਨਾਂ ਨੂੰ ਚੋਣ ਜਿਤਾਉਂਦੀ ਹੈ ਕਿ ਨਹੀਂ। ਥੈਂਕਸ ਫੋਰ ਵਾਚਿੰਗ, ਕੀਪ ਸ਼ੇਅਰਿੰਗ।